ਲੋਕ ਸਭਾ ਚੋਣਾਂ ਦੇ ਚੱਲਦੇ ਸਿਆਸੀ ਪਾਰਾ ਸਿਖਰਾਂ ਤੇ ਹੈ ਅਤੇ ਹਰੇਕ ਸਿਆਸੀ ਦਲ ਵੱਲੋਂ ਆਪਣੇ ਵਿਰੋਧੀਆਂ ਨੂੰ ਘੇਰਨ ਤੋਂ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ, ਜਿਸ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨ ਸਭਾ ਨੂੰ ਸੰਬੋਧਨ ਕਰਨ ਦੇ ਲਈ ਜੰਮੂ ਕਸ਼ਮੀਰ ਵਿਖੇ ਮੌਜੂਦ ਸਨ ਅਤੇ ਜਨ ਸਭਾ ਨੂੰ ਸੰਬੋਧਨ ਕਰਦੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਭਰੇ ਲਹਿਜ਼ੇ ਵਿਚ ਬੋਲਦੇ ਆਖਿਆ ਕਿ ਦੇਸ਼ ਦੇ ਉਪ ਰਾਸ਼ਟਰਪਤੀ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਗਏ ਹੋਏ ਸਨ, ਪਰ ਕੈਪਟਨ ਅਮਰਿੰਦਰ ਸਿੰਘ ਉੱਥੇ ਮੌਜੂਦ ਨਹੀਂ ਸਨ। ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਸੰਬੋਧਨ ਦੇ ਚੱਲਦੇ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਤੇ ਪਲਟਵਾਰ ਕਰਦੇ ਹੋਏ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ। ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਕੱਸੇ ਤੰਜ ਦੇ ਚੱਲਦੇ ਜਦ ਇਸ ਸੰਬੰਧੀ ਨਿਊਜ਼ ਨੰਬਰ ਦੀ ਟੀਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਵਿਖੇ ਰੈਲੀ ਕਰ ਰਹੇ ਹਨ ਕਿ ਉਹ ਅੰਮ੍ਰਿਤਸਰ ਨਹੀਂ ਜਾ ਸਕਦੇ ਸੀ ਜਾਂ ਉਨ੍ਹਾਂ ਦੇ ਮਹਿੰਦੀ ਲੱਗੀ ਹੋਈ ਸੀ। ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬੋਲਦੇ ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਪਿੰਡਾਂ ਵਿੱਚ ਵੋਟ ਮੰਗਣ ਲਈ ਜਾ ਸਕਦੇ ਹਨ, ਪਰ ਕਿ ਉਨ੍ਹਾਂ ਕੋਲ ਇੰਨਾ ਸਮਾਂ ਵੀ ਨਹੀਂ ਸੀ ਕਿ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਦੇ। ਮੋਦੀ ਸਾਹਿਬ, ਲੋਕਾਂ ਨੂੰ ਤੁਹਾਡੇ ਬੀਜੇਪੀ ਵਾਲਿਆਂ ਦੀ ਦੇਸ਼ ਭਗਤੀ ਤੇ ਸ਼ੱਕ ਹੈ, ਤੁਹਾਡੇ ਭਾਈਵਾਲਾਂ ਦੀ ਦੇਸ਼ ਭਗਤੀ ਤੇ ਸ਼ੱਕ ਹੈ। ਉਹਨਾਂ ਨੇ ਬਾਦਲ ਸਾਹਿਬ ਨੂੰ ਕਿਉਂ ਨਹੀਂ ਪੁੱਛਿਆ, ਬਾਦਲ ਸਾਹਿਬ ਕਿਉਂ ਨਹੀਂ ਆਏ? ਜੇ ਮੈਂ ਸਮਝਦਾ ਵੀ ਉਹ ਬਜ਼ੁਰਗ ਹੈ, ਪਰ ਜੇ ਪਿੰਡੋਂ ਪਿੰਡ ਜਾ ਕੇ ਕੁਰਸੀ ਵਾਸਤੇ ਵੋਟਾਂ ਮੰਗਦੇ ਫਿਰਦੇ ਹੈ ਲੰਬੀ ਹਲਕੇ 'ਚ, ਤਾਂ ਕੱਲ੍ਹ ਤਾਂ ਆਉਣਾ ਬਣਦਾ ਸੀਗਾ। ਸੁਖਬੀਰ ਜੀ ਨੂੰ ਕੀ ਹੋ ਗਿਆ? ਸੁਖਬੀਰ ਜੀ ਕਿਉਂ ਨਹੀਂ ਆਏ? ਦੇਖੋ, ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ, ਹਿੰਦੁਸਤਾਨੀ ਸੀਗੇ, ਪਰ ਜਿਹੜੇ ਉੱਥੇ ਜਲਿਆਂਵਾਲਾ ਬਾਗ 'ਚ ਪੰਜਾਬੀ ਹਜ਼ਾਰਾਂ ਸ਼ਹੀਦ ਹੋਏ, ਉੱਥੇ ਆਉਣ ਦਾ ਫਰਜ਼ ਬਣਦਾ ਸੀਗਾ ਇਹਨਾਂ ਲੋਕਾਂ ਦਾ। ਮੋਦੀ ਸਾਹਿਬ ਕਿਉਂ ਨਹੀਂ ਆਏ? ਮੋਦੀ ਸਾਹਿਬ ਨੇ ਕੀ ਮਹਿੰਦੀ ਲਾ ਰੱਖੀ ਸੀ ਵੀ ਅੱਜ ਵੋਟਾਂ ਕਠੂਆ ਮੰਗ ਸਕਦੇ ਹੈ? ਇੱਥੇ ਆਉਂਦੇ ਉਹਨਾਂ ਦੀ ਕੋਈ ਮਹਿੰਦੀ ਸੁੱਕਦੀ ਸੀ? ਮੋਦੀ ਸਾਹਿਬ ਨੂੰ ਆਉਣਾ ਚਾਹੀਦਾ ਸੀਗਾ।